अज ना मैनू टाल वे सजना, चल तू मेरे नाल वे सजना, तेरिया जैकेटा लख दिया मेरे कोले को एक शाल, कदे तारीफ भी नहीं करदा किथे आने जाने हो गए, मैं तेनू सोनी की लगना, सब सूट पुराने हो गए, मैं तेनू सोनी की लगना, सब सूट पुराने हो गए। मोहाली दे 3B2 मार्केट दे विच होया किरण संधू डिजाइनर दे शोरूम दा रीलॉन्च ते उस इवेंट दे उत्ते पहुंचे पंजाबी सिंगर शिप्रा गोयल। आओ तुहानू सुनांदे आ साडी की होई उहनां नाल खास गल्लबात। सो इन्हां ने अपना नवा स्टोर ओपन कीता, मेरे वल्लों बहुत सारी बेस्ट विशेस ते सारे जरूर चेकआउट करो न्यू कलेक्शन। किड़ी-किड़ी कलेक्शन जिहड़ी आ मेन टॉप दे कोन अट्रैक्शन ਸਾਰਿਆਂ ਦੀ ਆਪਣੀ ਚੋਇਸ ਹੈ। ਜਿੱਦਾਂ ਮੈਂ ਸਿੰਪਲ ਸੂਟਸ ਜਾਂ ਵਧੀਆ ਵਾਈਬ੍ਰੈਂਟ ਕਲਰ ਜ਼ਿਆਦਾ ਪ੍ਰੈਫਰ ਕਰਦੀ ਹਾਂ, ਬਟ ਸਾਰਿਆਂ ਦੀ ਆਪਣੀ ਆਪਣੀ ਚੋਇਸ ਹੈ। ਅੱਜ ਦਾ ਸਵੈਗ ਕੀ ਹੈ? ਅੱਜ ਦਾ ਸਵੈਗ ਹੈ ਕਿ ਜਸਟ ਬੀ ਕੰਫਰਟੇਬਲ ਇਨ ਵਟ ਐਵਰ ਯੂ ਵੇਅਰ। ਤੁਸੀਂ ਕੁਛ ਇੱਦਾਂ ਦਾ ਫੋਲੋ ਕਰਨ ਦੀ ਜਗ੍ਹਾ ਜਿਹਨੂੰ ਪਾ ਕੇ ਤੁਸੀਂ ਅਨਕੰਫਰਟੇਬਲ ਹੋਈ ਜਾਓ, ਵਧੀਆ ਉਹ ਪਾਓ ਜਿਹੜੀ ਤੁਹਾਡੇ 'ਤੇ ਚੀਜ਼ ਵਧੀਆ ਲੱਗੇ ਅਤੇ ਤੁਸੀਂ ਉਹਦੇ ਵਿੱਚ ਕੰਫਰਟੇਬਲ ਰਹਿ ਸਕੋ। ਆਈ ਥਿੰਕ ਕੰਫਰਟ ਇਜ਼ ਦਾ ਨਿਊ ਸਵੈਗ। ਕਰੋਨਾ ਦਾ ਜਿਹੜਾ ਦੌਰ ਚੱਲ ਰਿਹਾ, ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ ਬਹੁਤ ਸਫ਼ਰ ਕਰ ਰਹੀ ਹੈ ਜੀ। ਖਾਸ ਕਰ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਮਜੀਸ਼ੀਅਨ ਜਾਂ ਹੋਰ ਜਿਹੜੇ ਲੋਕ ਨੇ, ਸੋ ਉਹਨਾਂ ਬਾਬਤ ਤੁਹਾਡੇ ਵੱਲੋਂ ਕੁਛ ਕੀਤਾ ਜਾ ਰਿਹਾ ਜੀ? ਮੈਨੂੰ ਲੱਗਦਾ ਹੈ ਕਿ ਡਿਜੀਟਲਾਈਜੇਸ਼ਨ ਦਾ ਜਿਹੜਾ ਦੌਰ ਆਇਆ ਹੈ ਕਰੋਨਾ ਦੇ ਵਿੱਚ, ਉਹਨੇ ਬਹੁਤ ਹੈਲਪ ਕੀਤਾ ਇੰਡਸਟਰੀ ਨੂੰ। ਨਹੀਂ ਤਾਂ ਸਾਡੇ ਲਾਈਵ ਸ਼ੋਜ਼ ਵੀ ਬੰਦ ਸੀ, ਗਾਣੇ ਵੀ ਆਪਾਂ ਸ਼ੂਟ ਨਹੀਂ ਕਰ ਪਾ ਰਹੇ, ਬਟ ਫਿਰ ਵੀ ਜਿੰਨਾ ਕੁ ਕੰਮ ਅਸੀਂ ਕਰ ਸਕਦੇ ਹਾਂ ਉਹ ਕਰ ਰਹੇ ਹਾਂ, ਕਿਉਂਕਿ ਸਾਡੇ ਕੰਮ ਕਰਨ ਦੇ ਨਾਲ ਬਹੁਤ ਸਾਰੇ ਇੱਦਾਂ ਦੇ ਘਰ ਹੈ ਜਿਹੜੇ ਚੱਲਦੇ ਨੇ। ਸੋ ਇਹ ਬਹੁਤ ਜ਼ਰੂਰੀ ਕਿ ਅਸੀਂ ਕੰਮ ਕਰਦੇ ਰਹੀਏ ਤਾਂ ਕਿ ਉਹਨਾਂ ਦੇ ਘਰ 'ਚ ਖਾਣਾ ਅਤੇ ਸਭ ਕੁਛ ਚੱਲਦਾ ਰਹੇ। ਜਿੰਮੀ ਸ਼ੇਰਗਿੱਲ ਵੱਲੋਂ ਜਿਹੜੀ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ, ਉਹਨੂੰ ਪਰਚਾ ਦਰਜ ਹੋ ਗਿਆ ਵਾ, ਅਤੇ ਮਤਲਬ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਹ ਲੋਕ ਨੇ ਕਾਨੂੰਨ ਨੂੰ ਮੰਨਦੇ ਨਹੀਂ ਹੈਗੇ, ਜਾਂ ਮਤਲਬ ਇਹਨਾਂ ਦੀ ਕੋਈ ਸਪੈਸ਼ਲ ਲੋਕ ਨੇ ਜਿਹਨਾਂ ਨੂੰ ਮਤਲਬ ਕਿ ਕਰੋਨਾ ਦਾ ਡਰ ਹੀ ਹੈ? ਜੇ ਪਰਚਾ ਹੋਇਆ ਤਾਂ ਆਫਕੋਰਸ ਕੋਈ ਰੂਲ ਬ੍ਰੇਕ ਹੋਇਆ ਹੋਣਾ, ਠੀਕ ਹੈ, ਅਤੇ ਆਪਣੀ ਹੈਲਥ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਕਰੋਨਾ ਕਰਾਵਾਂਗੇ ਤਾਂ ਸਾਡੇ ਨਾਲ ਹੋਰ ਪਤਾ ਨਹੀਂ ਕਿੰਨਿਆਂ ਨੂੰ ਹੋ ਜਾਊਗਾ। ਬਟ ਇਟਸ ਅਬਾਊਟ ਸਮ ਟਾਈਮ, ਕੁਛ ਟਾਈਮ ਦੀ ਗੱਲ ਹੈ। ਵੈਕਸੀਨੇਸ਼ਨਸ ਆ ਚੁੱਕੀਆਂ ਅਤੇ ਬਹੁਤ ਕੁਛ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ, ਸੋ ਆਈ ਥਿੰਕ ਇਹ ਸਿਚੁਏਸ਼ਨ ਅੰਡਰ ਕੰਟਰੋਲ ਹੋ ਜਾਵੇਗੀ। ਲਾਸਟ ਕੁਐਸਚਨ ਹੈ, ਕੋਈ ਤੁਹਾਡੇ ਚਾਹੁਣ ਵਾਲੇ ਨੇ ਕੋਈ ਨਵਾਂ ਪ੍ਰੋਜੈਕਟ, ਤੁਹਾਡਾ ਕੋਈ ਪਾਈਪਲਾਈਨ ਦੇ ਵਿੱਚ ਕੀ ਆ, ਕੋਈ ਕੁਛ ਦੱਸ ਕਰੋ ਜੀ? ਬਿਲਕੁਲ, ਨਵਾਂ ਪ੍ਰੋਜੈਕਟ ਜਿਹੜਾ ਹੁਣ ਮੈਂ ਨੈਕਸਟ ਕਰ ਰਹੀ ਹਾਂ, ਉਹ ਮੇਰੀ ਐਲਬਮ ਹੈ ਜਿਹਦੇ ਵਿੱਚ ਮੈਂ ਆਪ ਗਾਣੇ ਪਹਿਲੀ ਵਾਰੀ ਲਿਖੇ ਹੈ ਅਤੇ ਕੰਪੋਜ਼ ਕੀਤੇ ਹੈ। ਸੋ ਸਾਰਿਆਂ ਨੇ ਬਹੁਤ ਸਪੋਰਟ ਕੀਤਾ, ਬਹੁਤ ਹੱਲਾਸ਼ੇਰੀ ਦਿੱਤੀ, ਕਿਉਂਕਿ ਬਹੁਤ ਘੱਟ ਫੀਮੇਲ ਸਿੰਗਰਸ ਲਿਖਦੀਆਂ ਵੀ ਹੈ। ਸੋ ਦੇਖੋ, ਆਈ ਐਮ ਐਕਸਾਈਟਿਡ ਐਂਡ ਨਰਵਸ ਕਿ ਲੋਕ ਕਿੱਦਾਂ ਦਾ ਰਿਸਪੋਂਸ ਦੇਣਗੇ ਉਹਦੇ ਲਈ। ਸੂਟਾਂ ਦੀ ਗਾਣਾ ਗਾਉਂਦੇ ਹਾਂ, ਜਿਹੜਾ ਮੇਰਾ ਲਾਸਟ ਆਇਆ ਸੀ ਸੂਟ ਪੁਰਾਣੇ। ਅੱਜ ਨਾ ਮੈਨੂੰ ਟਾਲ ਵੇ ਸੱਜਣਾ, ਚੱਲ ਤੂੰ ਮੇਰੇ ਨਾਲ ਵੇ ਸੱਜਣਾ, ਤੇਰੀਆਂ ਜੈਕਟਾਂ ਲੱਖ ਦੀਆਂ ਮੇਰੇ ਕੋਲੇ ਕੋ ਇੱਕ ਸ਼ਾਲ, ਕਦੇ ਤਾਰੀਫ ਵੀ ਨਹੀਂ ਕਰਦਾ ਕਿੱਥੇ ਆਉਣੇ ਜਾਣੇ ਹੋ ਗਏ, ਮੈਂ ਤੈਨੂੰ ਸੋਹਣੀ ਕੀ ਲੱਗਣਾ, ਸਭ ਸੂਟ ਪੁਰਾਣੇ ਹੋ ਗਏ, ਮੈਂ ਤੈਨੂੰ ਸੋਹਣੀ ਕੀ ਲੱਗਣਾ, ਸਭ ਸੂਟ ਪੁਰਾਣੇ ਹੋ ਗਏ। ਅੱਜ ਫਿਰ ਨਵਾਂ ਸੂਟ ਲੈ ਕੇ ਜਾਓਗੇ? ਬਿਲਕੁਲ, ਅੱਜ ਕੋਈ ਇੰਨਾ ਚ ਲੈ ਜੂਗੀ। ਥੈਂਕ ਯੂ ਸੋ ਮਚ। ਫਾਰ ਆਲ ਆਰ ਲੇਟੈਸਟ ਅਪਡੇਟਸ ਪਲੀਜ਼ ਸਬਸਕ੍ਰਾਈਬ ਜੀ ਮੀਡੀਆ ਗਰੁੱਪ ਯੂਟਿਊਬ ਚੈਨਲ ਐਂਡ ਪ੍ਰੈਸ ਦੀ ਬੈਲ ਆਈਕਨ।